वालेकुम सलाम भाई अपना नाम की है जी तारफ कराओ जी मेरा नाम है मलक मान है ते केड़े इलाके च आए जी आई गुजरावल तो आए जी ए ट्रैक्टर ले लिया जी 385 हां जी ले लिया ट्रैक्टर केड़े शोरूम तो पसंद आया जी राणा फार्म तो लिया ट्रैक्टर ਤੁਸੀਂ ਮਾਰਕੀਟ ਦੇ ਵਿੱਚ ਦੇਖਿਆ ਰੇਟ ਅੱਜ ਦਾ ਕੀ ਰੇਟ ਚੱਲਦਾ ਪਿਆ ਅੱਜ ਦਾ 20.5 ਚੱਲਦਾ ਪਿਆ 20.5 ਬਾਹਰ ਦੂਸਰੇ ਸ਼ੋਰੂਮ ਆ ਤੇ ਇਹਨਾਂ ਦਾ ਰੇਟ ਮناسب ਹੈ ਬਾਹਰ ਸ਼ੋਰੂਮ ਆ ਦੇ ਤਾਂ 20.5 ਦਾ ਲਿਆ 20.5 ਦਾ ਲਿਆ ਦੂਸਰੇ ਸ਼ੋਰੂਮ ਦਾ ਕਿੰਨਾ ਫਰਕ ਹੈ ਉਹ 10-20 ਹਜ਼ਾਰ ਦਾ ਫਰਕ 10 ਹਜ਼ਾਰ ਦਾ ਤੇ 20 ਹਜ਼ਾਰ ਦਾ ਹਾਂਜੀ ਕਿਹੜੇ ਟਾਇਰ ਪਸੰਦ ਕੀਤੇ ਜੀ ਇਹ ਜਰਨਲ ਦੇ ਕੀਤੇ ਜਰਨਲ ਦੇ ਟਾਇਰ ਤੇ 385 ਟਰੈਕਟਰ ਕਿਉਂ ਪਸੰਦ ਹੈ ਦੂਸਰੇ ਹੋਰ ਵੀ ਟਰੈਕਟਰ ਆਏ ਨੇ ਪਾਕਿਸਤਾਨ ਸਾਡੇ ਇਲਾਕੇ 'ਚ ਇਹ ਚੱਲਦਾ ਮਸਲਨ ਕਿ ਮਾਰਕੀਟ ਏਰੀਆ 385 ਨਹੀਂ ਇਹ ਦੱਸੋ ਕਿ ਹੁਣ ਨਵਾਂ ਆਪਣਾ ਗਵਰਨਮੈਂਟ ਨੇ ਲਿਆ ਸਾਡੇ ਵੀ ਫਰਜ਼ ਦਾ ਜਿਹੜਾ ਕੰਮ ਹੈ ਉਹ ਅਗਰ ਤੁਹਾਡਾ ਹੁਣ ਆਈਡੀ ਕਾਰਡ ਦੀ ਫੋਟੋ ਕਾਪੀ ਹੋਵੇ ਗਵਰਨਮੈਂਟ ਨੂੰ ਪਤਾ ਲੱਗ ਜਾਂਦਾ ਹਾਂਜੀ ਯਾਰ ਸ਼ਾਇਦ ਪਤਾ ਲੱਗਦੇ ਨੇ ਵੀ ਜ਼ਮੀਨ ਹੈ ਕਿ ਨਹੀਂ ਹਾਂਜੀ ਯਾਰ ਸ਼ਾਇਦ ਪਤਾ ਲੱਗਦਾ ਫਿਰ ਦਲੀਲ ਕਰਦੇ ਨੇ ਫਰਜ਼ ਦੇ ਦੇਣੀ ਕਿਹੜੀ ਸੌਖੀ ਹੈ ਬੜੀ ਔਖੀ ਫਰਜ਼ ਦਿੰਦੇ ਹੀ ਨਹੀਂ ਆ ਹਾਂਜੀ ਅੱਜ ਆਇਆ ਜੇ ਕੱਲ ਆਇਆ ਜੇ ਪਰਸੋਂ ਆਇਆ ਜੇ ਤੇ ਪੈਸੇ ਵੀ ਮੰਗਦੇ ਨੇ ਫਿਰ ਸਾਈਨ ਕਰਵਾ ਕੇ ਲਿਆਓ ਫਿਰ ਉਹ ਵੀ ਕੰਮ ਔਖਾ ਹਾਂਜੀ ਤੇ ਉਹ ਵੀ ਤਾਜ਼ੀ ਹੋਣੀ ਚਾਹੀਦੀ ਹੈ ਹਾਂਜੀ ਫਰੈਸ਼ ਫਰਜ਼ ਹੋਣੀ ਚਾਹੀਦੀ ਹੈ ਇਹ ਦੱਸੋਗੇ ਆਪਣਾ ਰੇਟ ਵਧੇ ਨੇ ਟਰੈਕਟਰਾਂ ਦੇ ਕਿਸ ਤਰ੍ਹਾਂ ਕਿਵੇਂ ਗੁਜ਼ਾਰਾ ਹੋਏਗਾ ਬੜਾ ਮੁਸ਼ਕਲ ਗੁਜ਼ਾਰਾ ਬੜਾ ਔਖਾ ਹੋ ਗਿਆ ਹੈ ਟਰੈਕਟਰ ਲਿਆ ਡਾਲਰ ਵੀ ਮਹਿੰਗਾ ਹੋ ਗਿਆ ਮਹਿੰਗਾਈ ਬਹੁਤ ਹੋ ਗਈ ਹਫ਼ਤਾ ਪਹਿਲੋਂ ਇਹ ਟਰੈਕਟਰ 19.5 ਲੱਖ ਦਾ ਹਜੇ 1 ਲੱਖ ਰੁਪਈਆ 2 ਦਿਨਾਂ ਟਰੈਕਟਰ ਵੱਧ ਗਿਆ ਹਾਂਜੀ ਉਹਦੇ ਵਾਸਤੇ 2 ਲੱਖ ਵੱਧ ਗਿਆ ਫਰਜ਼ ਉੱਥੇ ਲੱਭਦੀ ਨਹੀਂ ਦਲੀਲ ਕਰਦੇ ਨੇ ਦਿੰਦੇ ਨਹੀਂ ਫਰਜ਼ ਪੈਸੇ ਮੰਗਦੇ ਨੇ 10 ਹਜ਼ਾਰ ਦਿਓ 20 ਦਿਓ ਚਾਰ ਦਿੱਤਾ ਹਾਂਜੀ ਬਹੁਤ ਮੁਸ਼ਕਲਾਂ ਨੇ ਬਹੁਤ ਮਸਲਾ ਜ਼ਿਮੀਦਾਰ ਲੋਕ ਆ ਸਾਡੇ ਵਾਸਤੇ ਜਿਹਨੇ ਚੰਗਾ ਕਰਨਾ ਹੈ ਹਾਂਜੀ ਅਸੀਂ ਤਾਂ ਉਹਨੂੰ ਚੰਗਾ ਕਹਿਣਾ ਹੈ ਹਾਂਜੀ ਇਹ ਦੱਸੋ ਕਿਹੜੀ ਹਕੂਮਤ ਪਹਿਲੇ ਗਈ ਆ ਜਿਹੜੇ 3.5 ਸਾਲ ਪੂਰੇ ਕੀਤੇ ਆ ਉਹ ਚੰਗੀ ਸੀ ਸਾਡੇ ਵਾਸਤੇ ਕਿ ਹੋਣ ਵਾਲੀ ਚੰਗੀ ਆ ਭਾਈ ਉਹ ਚੰਗੀ ਇਹ ਜਿਹੜੋ ਆਏ ਨੇ ਨਾ ਖੱਜਲ ਖਰਾਬ ਵੀ ਕੀਤੇ ਆਂਦੇ ਨੇ ਮਹਿੰਗਾਈ ਘਟਾਵਾਂਗੇ ਅਸੀਂ ਘਟਾਵਾਂਗੇ ਯਾਰ ਸ਼ਾਇ ਮਹਿੰਗੀ ਹੋ ਗਈ ਸਹੀ ਡਬਲ ਰੇਟਾਂ ਦੇ ਡਬਲ ਕਰਤਾ ਇਹ ਕਿ ਵੀ ਬੜਾ ਹਕੂਮਤ ਇਹਨਾਂ ਨੇ ਕੀਤੀ ਆ ਕਿਹੜਾ ਨਵੇਂ ਆਏ ਨੇ ਹਾਂਜੀ ਅੱਗੇ ਵੀ ਜ਼ਿਮੀਂਦਾਰਾਂ ਦੇ ਹੱਕ 'ਚ ਬਿਲਕੁਲ ਨਕੰਮੇ ਨੇ ਬਾਕੀ ਇਹ ਦੱਸੋ ਕਿ ਹੁਣ ਟਰੈਕਟਰ ਤੁਸੀਂ ਲੈ ਕੇ ਜਾਣਾ ਹੈ ਇਹਨੂੰ ਤੁਸੀਂ ਚਲਾ ਕੇ ਖੜਨਾ ਜਾਂ ਲੋਡ ਕਰਨਾ ਕੁਝ ਨਾਲ ਲੈ ਕੇ ਨਹੀਂ ਚਲਾ ਕੇ ਹੀ ਖੜਨਾ ਹਾਂਜੀ ਚਲਾ ਕੇ ਹਾਂਜੀ ਲੋਡ ਕਿਉਂ ਨਹੀਂ ਕਰਨਾ ਲੋਡ ਪੈਸੇ ਮਸਾ ਟਰੈਕਟਰ ਤੇ ਪੂਰੇ ਕੀਤੇ ਨੇ ਸਹੀ ਚਲੋ ਜੀ ਤੁਹਾਨੂੰ ਬਹੁਤ ਬਹੁਤ ਮੁਬਾਰਕ ਹੋਵੇ ਟਰੈਕਟਰ ਨਵਾਂ ਤੁਸੀਂ ਮਾਸ਼ਾਅੱਲਾ ਲੈ ਕੇ ਜਾ ਰਹੇ ਹੋ ਕੀ ਕੰਮ ਕਰਨਾ ਇਹਦੇ ਨਾਲ ਮੈਂ ਜ਼ਿਮੀਂਦਾਰਾ ਕਰਨਾ ਜ਼ਿਮੀਂਦਾਰਾ ਹੀ ਕਰਨਾ ਹਾਂਜੀ ਠੀਕ ਹੈ ਜੀ ਆਪਣਾ ਉਹ ਮੁੰਡੀਆਂ ਲੱਗਣੀਆਂ ਨੇ ਹੁਣ ਹਾਂਜੀ ਸੀਦੇ ਨਾਲ ਬਹੁਤ ਸ਼ੁਕਰੀਆ ਜਨਾਬ ਤੁਹਾਡਾ